ਜੇ ਕਾਕਾ ਹੁਣ ਤੂੰ ਹੋ ਗਿਆ ਸਿਆਣਾ, ਵੱਡੇ ਸਕੂਲ 'ਚ ਜਾਣ ਲੱਗ ਗਿਆ, ਪਰ ਮੇਰੀ ਇੱਕ ਗੱਲ ਯਾਦ ਰੱਖੀ, ਮਾੜੀ ਸੰਗਤ ਨਹੀਂ ਕਰਨੀ, ਮਾੜਾ ਬਹਿਣਾ ਉੱਠਣਾ ਨਹੀਂ ਕਿਸੇ ਨੇ, ਕੋਈ ਗੱਲ ਕਿਸੇ ਦੀ ਮੰਦੀ ਚੰਗੀ ਨਹੀਂ ਕਰਨੀ, ਨਸ਼ੇੜੀਆਂ ਨਾਲ ਨਹੀਂ ਰਲਣਾ। ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਤੂੰ ਮੈਨੂੰ ਕਹਿਣਾ, ਮੈਂ ਤੈਨੂੰ ਲੈ ਕੇ ਦੇਊਂਗਾ, ਪਰ ਇਹ ਚੀਜ਼ ਨਹੀਂ ਨੋਟ ਕਰ ਲਾ ਵੀ ਕਿਸੇ ਨਾਲ ਮਾੜੀ ਸੁਣਨੀ ਨਹੀਂ ਕਰਨੀ, ਨਸ਼ੇੜੀ ਬੰਦਿਆਂ 'ਚ ਬਹਿਣੀ ਉੱਠਣੀ ਨਹੀਂ ਕਰਨੀ, ਠੀਕ ਆ ਨਾ। ਤੈਨੂੰ ਇੱਕ ਮੈਂ ਕਹਾਣੀ ਸੁਣਾਉਣਾ, ਤਿੰਨ ਨਸ਼ੇੜੀ ਸੀ ਉਹਨਾਂ ਦੀ। ਸਮਾਨ ਬਿਨਾ ਨਹੀਂ ਸਰਦਾ, ਕਰ ਕੋਈ ਸਮਾਨ ਦਾ ਜੁਗਾੜ। ਉਹ ਕਰਦੇ ਬਾਈ ਕਰਦੇ, ਦੋ ਯਾਰ ਕੀ ਲਿਆਉਣੇ ਹੈਗੇ, ਉਹ ਪੈਸੇ ਵੀ ਖਤਮ ਹੋਏ ਪਏ ਨੇ, ਕਰ ਕੋਈ ਜੁਗਾੜ ਬਣਾ ਯਾਰ। ਕੀ ਕਰੀਏ ਯਾਰ, ਉਧਰੋਂ ਕਿਸ਼ਤਾਂ ਦੇ ਉਹ ਲੈ ਕੇ ਬੈਠੀਆਂ, ਪੂਰਾ ਸਾਲ ਮਰਦੇ ਆ, ਉਧਰੋਂ ਆ ਹੁਣ ਸਮਾਨ ਨਹੀਂ ਮਿਲਦਾ ਪਿਆ, ਕੀ ਕੀਤਾ ਜਾ। ਕੋਈ ਜੁਗਾੜ ਪੈਸੇ ਜੁਗਾੜ ਕਰਦੇ ਆ, ਫਿਰ ਚੱਲਦੇ ਆ, ਫਿਰ ਹੁਣ ਕਰਦੇ ਆ ਜੁਗਾੜ ਕਿਸੇ ਬੰਨੇ। ਹਾਕਮ ਸਿੰਘ, ਸਾਨੂੰ ਸੰਤੋਸ਼ ਸਿੰਘ ਦੇ ਘਰ ਜਾਣਾ ਸੀਗਾ। ਉਹ ਤਾਂ ਉਹ ਅੱਗੇ ਅੱਗੇ ਜਾਓਗੇ ਨਾ ਸਿੱਧਾ, ਹਾਂਜੀ, ਤੇ ਸਿੱਧਾ ਜਾ ਕੇ ਅਗਲੇ ਸਾਈਡ ਉੱਥੇ ਕੋਠੀ ਆਊਗੀ ਰਸਤੇ ਦੇ ਉੱਪਰ ਹੀ, ਹਾਂਜੀ, ਬਸ ਉਸ ਕੋਠੀ ਦੇ ਉਹ ਘਰ ਉਹਨਾਂ ਦਾ ਹੀ ਉਹ ਤੇ ਨਾ। ਹਾਂ ਹਾਂ, ਉਹ ਅੱਗੇ ਜਾ ਕੇ ਬਸ ਅੱਗੇ ਕੋਠੀ ਜਿਹੜੀ, ਮੈਂ ਨਾ ਗਾਂ ਜਾਣਾ ਸੀ ਪਿੰਡ। ਅੱਛਾ ਅੱਛਾ, ਨਾਲ ਦਾ ਪਿੰਡ ਆਪਣੇ ਜਿਹੜਾ, ਅਗਲੇ ਪਿੰਡ ਜਾਣਾ ਸੀਗਾ। ਅੱਛਾ ਜੀ, ਤੇ ਮੇਰੇ ਕੋਲ ਕੈਸ਼ ਆ, ਕੋਈ ਡਰ ਖਤਰੇ ਵਾਲੀ ਗੱਲ ਤਾਂ ਨਹੀਂ ਜੀ? ਨਹੀਂ ਨਹੀਂ, ਕੋਈ ਗੱਲ ਨਹੀਂ ਵੀਰੇ, ਕੋਈ ਸਾਰਾ ਰਾਹ ਸਾਫ਼ ਆ, ਕੋਈ ਗੱਲ ਨਹੀਂ ਇਹੋ ਜੀ। ਨਹੀਂ, ਕੋਈ ਏਦਾਂ ਹੁੰਦਾ ਨਾ ਕਦੀ ਵੀ ਪਿੰਡਾਂ 'ਚ, ਤੁਹਾਨੂੰ ਵੀ ਪਤਾ ਜੇ ਮਾਹੌਲ ਬੜਾ ਖਰਾਬ ਆ, ਏਦਾਂ ਦੀ ਗੱਲ ਤਾਂ ਹੁੰਦਾ ਨਹੀਂ? ਨਹੀਂ ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਵੀਰੇ, ਸਾਫ਼ ਰਸਤਾ ਆਉਂਦੇ ਜਾਂਦੇ, ਸ਼ੋਰਟਕਟ ਰਸਤਾ ਜਾਂਦਾ ਹੋਵੇ ਇਸ ਪਿੰਡ 'ਚੋਂ? ਨਹੀਂ, ਰਸਤਾ ਤਾਂ ਇੱਥੋਂ ਤਾਂ ਸਿੱਧਾ ਹੀ ਜਾਂਦਾ, ਅੱਗੇ ਹੀ ਜਾਊਗਾ ਪਿੰਡ ਦੇ ਰਾਹ 'ਚ। ਦੋ ਤਿੰਨ ਵਾਰ ਦਾ ਬਹੁਤ ਬਹੁਤ ਧੰਨਵਾਦ ਬਾਈ ਯਾਰ, ਗਰਮੀ ਬਹੁਤ ਹੈ ਯਾਰ। ਬਾਈ ਯਾਰ ਕੀ ਕੰਮ ਕਰਦਾ ਬਾਈ ਯਾਰ? ਮੈਂ ਵੀਰੇ ਯਾਰ ਕਿਸ਼ਤਾਂ ਦਾ ਫੈਂਸ ਦਾ ਕੰਮ ਆਪਣਾ। ਅੱਛਾ, ਉਹ ਬੈਂਕ ਬੁੰਕ 'ਚੋਂ ਜਿਹੜੀਆਂ ਉਹ ਹੀ ਨਾ? ਹਾਂ ਹਾਂ, ਇਹ ਘਰਾਂ 'ਚ ਦੇਖੀਆਂ। ਅੱਛਾ, ਅਤੇ ਉਹ ਕਿਹੜੇ ਪਾਸੇ ਚੱਲਿਆ ਹੁਣ ਤੂੰ? ਮੈਂ ਬਾਈ ਅਗਲੇ ਪਿੰਡ ਜਾਣਾ। ਅੱਛਾ, ਅਤੇ ਤੂੰ ਕਿਸ਼ਤ ਲੈਣ ਆਇਆ ਸੀ ਤੇਰੇ ਘਰੋਂ? ਅੱਛਾ, ਉਹ ਚੰਨਣ ਖੇੜੇ ਜਾਣਾ? ਮੈਂ ਬਾਈ ਆ ਮੋਟਰ ਤੇ ਕੰਮ ਕਰਦਾ ਆਪਣਾ, ਮੋਟਰ ਤੱਕ ਹੀ ਜਾਣਾ ਹੈ ਅਗਲੇ ਨਾਲ ਹੀ ਆ ਮੋਟਰ। ਚਲੋ ਚਲੋ, ਗਰਮੀ ਬਹੁਤ। ਹਾਂ, ਕੋਈ ਗੱਲ ਨਹੀਂ ਬਾਈ। ਹਾਂ ਬਾਈ, ਕੋਈ ਖਿੱਚ ਦੇ ਬਾਈ ਯਾਰ, ਇੱਕ ਮਿੰਟ, ਮੂੰਹ ਜਿਹਾ ਸੁੱਕਿਆ ਵਾ, ਪਾਣੀ ਪੀ ਲਿਆ, ਨਲਕਾ ਆ ਗਿਆ, ਆ ਰਿਹਾ ਆ ਰਿਹਾ ਬਾਈ, ਠੰਡਾ ਪਾਣੀ ਪੂਰਾ ਪੀ ਸਕਦੇ। Thank you.
ਹੈਗਾ ਵੀ ਹੈ ਕਿ ਨਹੀਂ ਕੁਛ ਮੈਨੂੰ ਤਾਂ ਲੱਗਦਾ ਇਹ ਕਾਗਜ਼ ਪੱਤਰ ਹੀ ਆ ਬਾਈ ਮਰਜ਼ੀ ਕਰੋ ਲਿਆਓ ਕੋਈ ਸਮਾਨ ਪੱਤਾ ਲਾਈਓ ਆਪਾਂ ਚੱਲਦੇ ਆ ਤਿੰਨੋ ਹੀ ਚੱਲਦੇ ਚੱਕ ਮਾਰੋ ਪਰੇ ਯਾਰ ਆਪਾਂ ਕੀ ਇਹਨਾਂ ਦਾ ਕੱਪੜੇ ਕੁਪੜੇ ਸੀ ਕਿੱਟ ਚ ਨਹੀਂ ਯਾਰ ਕਿਸ਼ਤਾਂ ਦਾ ਕੰਮ ਆਪਣਾ ਅੱਛਾ ਪੈਸੇ ਸੀ ਵਿੱਚ ਕੈਸ਼ ਸੀ ਅੱਛਾ ਸਭ ਲੈ ਗਏ ਬੜਾ ਮਾੜਾ ਕੰਮ ਹੋਇਆ ਯਾਰ ਉਹਦੇ ਨਾਲ ਪਾਣੀ ਪੂਣੀ ਪੀਓ ਨਲਕੇ ਤੇ ਪਾਣੀ ਠੀਕ ਹੈ ਬਾਈ ਖਾਤਾ ਫਿਰ ਅੱਗੇ ਕੀ ਹੋਇਆ ਉਹ ਜਿਹੜੇ ਤਿੰਨ ਨਸ਼ੇੜੀ ਸੀ ਨਾ ਉਹਨਾਂ ਵਿੱਚੋਂ ਇੱਕ ਸੀ ਸੁੱਖਾ ਉਹਦੀ ਜ਼ਿਆਦਾ ਨਸ਼ਾ ਕਰਨ ਕਰਕੇ ਮੌਤ ਹੋ ਗਈ ਯਾਰ ਆਪਣੀਆਂ ਬਣੀਆਂ ਦੀ ਕੀ ਜ਼ਿੰਦਗੀ ਆ ਭੈਣ ਚੋ ਥਾਲਿਆਂ ਤੇ ਟੱਪ ਜਾਣੀ ਆ ਹਨਾ ਮਾਲ ਮੂਲ ਵੀ ਨੀ ਮਿਲਦਾ ਪਿਆ ਭਰਾਵਾ ਮਾਲ ਵੀ ਬੰਦ ਹੋ ਗਿਆ ਪਾਣੀ ਠੰਡਾ ਪਾਣੀ ਪਾਣੀ ਨਾ ਪੀ ਲਈਏ ਪਾਣੀ ਪੀਂਦੇ ਹੋਰ ਯਾਰ ਗਲਾ ਸੁੱਕਿਆ ਦੀਪੇ ਮਾਲ ਤਾਂ ਰਗੜੇ ਯਾਰ ਸਰੀਰ ਹੀ ਬੜਾ ਟੁੱਟੀ ਜਾਂਦਾ ਸੁੱਕੇ ਵਾਲਾ ਕੰਮ ਮਾੜਾ ਹੀ ਹੋਇਆ ਬਹੁਤ ਮਾੜਾ ਹੋਇਆ ਬਾਈ ਯਾਰ ਸੁੱਕੇ ਵਾਲਾ ਕੰਮ ਬਹੁਤ ਮਾੜਾ ਹੋਇਆ ਦੋਸਤ ਵਾਲਾ ਬੇਟਾ ਦੀਪੇ ਆਪਾਂ ਤਾਂ ਦੋਨੇ ਹੀ ਰਹਿ ਗਏ ਹੁਣ ਸੁੱਕੇ ਬਿਨਾਂ ਤਾਂ ਕੱਖ ਦੇ ਹੀ ਆ ਨੀ ਹੁਣ ਆਪਾਂ ਬਾਈ ਯਾਰ ਦੀਪੇ ਪੱਟਣਾ ਹੀ ਪੈਣਾ ਯਾਰ ਇਹ ਤਾਂ ਦੋਨਾਂ ਦਾ ਸਰਨਾ ਹੀ ਨੀ ਆਪਣਾ ਲੋਕਾਂ ਦੇ ਖੇਤਾਂ 'ਚ ਭੌਂਕਦੇ ਫਿਰਦੇ ਹਾਂ ਕੀ ਜ਼ਿੰਦਗੀ ਆਪਣੀਆਂ ਮੜੀਆਂ ਦੀ ਯਾਰ ਪੁੱਤਰਾ ਪਾਣੀ ਲੈ ਕੇ ਆ ਮੈਂ ਪਾਣੀ ਪੀਣਾ ਤੇ ਲੱਗੀ ਹੈ
ਕਿਹੜਾ ਤੁਰਿਆ ਹੁੰਦਾ ਇਹ ਬਾਈ ਮੈਨੂੰ ਤਾਂ ਕੋਈ ਮੁਰਗੀ ਲੱਗਦੀ ਹੈ ਪੱਗ ਬੰਨੀ ਤਕੜੀ ਸਮੇਂ ਲੱਗਦੀ ਹੈ ਦੀਪੇ ਕਰ ਇਹਨੂੰ ਲੋਟ ਤੇ ਗੱਲਾਂ ਗੁੱਲਾਂ ਜੇ ਪਾ ਇਹਨੂੰ ਲਾਈਏ ਸੁੱਕੇ ਵਾਲੇ ਕੰਮ ਤੇ ਆਪਾਂ ਵੀ ਲਾ ਲਾ ਇਹਨੂੰ ਗੱਲਾਂ ਜੇ ਪਸਰਾ ਕੇ ਬੁਲਾ ਨਾ ਕੋਲ ਸਰਦਾਰ ਬੰਦਾ ਨਾ ਚਲੋ ਠੀਕ ਆ ਬਾਈ ਮੈਂ ਜਾਣਾ ਚੱਲ ਠੀਕ ਆ ਬਾਈ ਠੀਕ ਚੰਗਾ ਠੀਕ ਆ ਬਾਈ ਮਿਲਦੇ ਆ ਫਿਰ ਕੱਲ ਨੂੰ ਹੈ ਹਾਂ ਕੱਲ ਨੂੰ ਮਿਲਦੇ ਹਾਂ ਹਾਂ ਕੱਲ ਨੂੰ ਮਿਲਦੇ ਦੀਪੇ ਪੈਸੇ ਵਾਲੀ ਸਾਮੀ ਆ ਕਰ ਇਹਨੂੰ ਲੋਟ ਯਾਰ ਆਪਣੇ ਬੰਦਾ ਦਾ ਪੈਸੇ ਵਾਲਾ ਹੀ ਆ ਬਾਈ ਇਹਨੂੰ ਕਰਦੇ ਆ ਕੋਈ ਨਾ ਪੈੜੀ ਪੂੜੀ ਵੀ ਬਾਬਾ ਦੀਪੇ ਕੰਮ ਆ ਜੂਗਾ ਲੋਟ ਆਪਣੇ ਚੱਲ ਕੱਲ ਵੇਖਦੇ ਆ ਮੇਰੇ ਕੱਲ ਫਿਰ ਟੱਕਰੂ ਕਿਤੇ ਨਾ ਕਿਤੇ ਤਾਂ ਆਪਣਾ ਚੱਲ ਕੱਲ ਵੇਖਦੇ ਆ ਯਾਰ ਆਪਾਂ ਇਹਨਾਂ ਨੂੰ ਚੱਲ ਚੱਲੀ ਆਪਾਂ ਕੱਲ ਵੇਖਾਂਗੇ